ਦਿਨ ਬਹੁਤੀਆਂ ਸਲਾਹਾਂ ਉਹ ਘੱਟ ਖੜਦੇ ਬੰਦੇ ਉਹੀ ਜਿਹੜੇ ਲੇਖਾਂ ਨਾਲ ਖੁਦ ਲੜਦੇ ਇੱਥੇ ਖੁਦ ਨੂੰ ਹੀ ਖੁਦ ਸਮਝਾਉਣਾ ਪੈਂਦਾ ਹੈ ਮਾੜੇ ਵਕਤ ਨੂੰ ਹੱਸ ਕੇ ਨੰਘਾਉਣਾ ਪੈਂਦਾ ਹੈ ਰੱਖ ਚਿਹਰੇ ਉੱਤੇ ਖੁਸ਼ੀ ਦਿਲ ਨੂੰ ਰਵਾਉਣਾ ਪੈਂਦਾ ਹੈ ਜਿਹੜੇ ਕਹਿਣ ਕਿਸਮਤ ਨਾਲ ਨਾ ਬਣਦਾ ਨਾ ਬਣਦਾ ਨਹੀਂ ਮਿੱਤਰੋ ਬਣਾਉਣਾ ਪੈਂਦਾ ਹੈ ਨਾ ਬਣਦਾ ਨਹੀਂ ਮਿੱਤਰੋ ਬਣਾਉਣਾ ਪੈਂਦਾ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਜੀ ਮੈਂ ਤੁਹਾਡਾ ਆਪਣਾ ਰਾਮ ਸਿੱਧੂ ਅਤੇ ਪਿੰਡੀ ਪਹਿਲੇ ਦੌੜ ਮੁਕਾਬਲੇ ਹੋਣ ਜਾ ਰਹੇ ਨੇਗੇ ਅਤੇ ਆਪਾਂ ਉੱਥੇ ਚੱਲ ਦਿਆਂਗੇ ਅਤੇ ਤੁਹਾਨੂੰ ਆਪਾਂ ਲੈ ਕੇ ਚੱਲਦੇ ਹਾਂ ਗਰਾਊਂਡ 'ਚ ਅਤੇ ਬਾਕੀ ਆਪਾਂ ਉੱਥੇ ਦੇਖਾਂਗੇ ਅਤੇ ਕੀ ਉੱਥੇ ਗਰਾਊਂਡ ਕਿਵੇਂ ਹੈਗਾ ਅਤੇ ਕਿਵੇਂ ਰੇਸਾਂ ਹੋਣਗੀਆਂ ਸਾਰਾ ਤੁਹਾਨੂੰ ਉਹ ਦਿਖਾਵਾਂਗੇ ਜੀ ਚਲੋ ਤੁਹਾਨੂੰ ਗਰਾਊਂਡ 'ਚ ਲੈ ਕੇ ਚੱਲਦੇ ਹਾਂ ਫਿਰ ਉੱਥੇ ਹੀ ਦੇਖਦੇ ਹਾਂ ਆਪਾਂ ਅੱਗੇ ਤੁਹਾਨੂੰ ਦਿਖਾਉਂਦੇ ਸਾਰਾ ਬਲੌਗ ਗਰਾਊਂਡ ਦੇ ਵਿੱਚ ਪਹੁੰਚ ਗਏ ਜੀ ਜਿੱਥੇ ਹੋਣਗੇ ਮੈਚ ਸ਼ੁਰੂ ਅਤੇ ਤੁਸੀਂ ਦੇਖ ਲਓ ਉੱਥੇ ਸਟੇਜ ਲੱਗੀ ਹੋਈ ਹੈ ਜਿਹੜੀ ਉਹ ਥੈਂਗੀ ਅਤੇ ਪਲੇਅਰ ਦੇਖੋ ਕੁੜੀਆਂ ਮੁੰਡੇ ਕਾਫੀ ਕਿ ਵਧੀਆ ਗਿਣਤੀ 'ਚ ਪਹੁੰਚੇ ਨੇ ਸਾਰੇ ਮੁੰਡੇ ਕੁੜੀਆਂ ਕਿ ਜਿਹੜੇ ਪਲੇਅਰ ਖੇਡਣ ਵਾਲੇ ਨੇਗੇ ਅਤੇ ਇੱਥੇ ਬਸ ਹੁਣ ਥੋੜ੍ਹੇ ਟਾਈਮ ਦੇ ਵਿੱਚ ਹੁਣ ਮੈਚ ਸ਼ੁਰੂ ਹੋਣਗੇ ਅਤੇ ਆਹ ਗਰਾਊਂਡ ਆ ਜਿੱਥੇ ਆਹ ਝੰਡੇ ਲਾਏ ਹੋਏ ਨੇਗੇ ਤੁਸੀਂ ਇਹ ਆਲੇ ਦੁਆਲੇ ਕਵਰ ਕੀਤਾ ਹੋਇਆ ਇਹ ਕੁੜੀ ਆਈ ਜਿਹੜੀ ਫਸਟ ਪੋਜੀਸ਼ਨ ਤੇ ਆ ਗਈ 800 ਮੀਟਰ ਦੀ ਪਹਿਲਾ ਇਨਾਮ ਇਹ ਦੂਜਾ ਇਨਾਮ ਵੀ ਤੇ ਤੀਜਾ ਇਨਾਮ ਸਾਨੂੰ ਤਕੜੀ ਰੇਸ ਹੁਣ ਹੈਗੀ ਮੁੰਡਿਆਂ ਦੀ 1600 ਮੀਟਰ ਆ ਪਿੱਛੇ ਤੁਸੀਂ ਦੇਖ ਲਓ ਟਰੈਕ ਤੇ ਤਿਆਰ ਨੇ ਮੁੰਡੇ ਭੱਜਣ ਵਾਸਤੇ ਤੇ ਹੁਣ ਦੇਖਾਂਗੇ ਜਿਹੜਾ ਇਹਨਾਂ ਚੋਂ ਜਿੱਤੂਗਾ ਉਹਨੂੰ ਪਹਿਲਾਂ ਨਿਆਮ 2100 ਪਲੱਸ ਮੈਡਲ ਤੇ ਇਹਨਾਂ 'ਚ ਪਤਾ ਲੱਗੂਗਾ ਕਿ ਕਿਹੜਾ ਅਸਲੀ ਖਿਡਾਰੀ ਹੈ ਕਿਹੜਾ ਕਰਦਾ ਮਿਹਨਤ ਤੇ ਇਹ 'ਚ ਕੀ ਦੇਖਣ ਨੂੰ ਮਿਲੂਗਾ ਅਸਲ ਦਾ ਠੀਕ ਹੈ
ਖਿੱਚਣ ਲੱਗੇ ਨੇ ਰੇਸ ਹੁਣ ਪਤਾ ਹੁਣ ਕਿਹੜੇ ਜਿਨ੍ਹਾਂ ਦੀ ਪ੍ਰੈਕਟਿਸ ਨਹੀਂ ਕੀਤੀ ਹੋਈ ਉਹ ਹੁਣ ਝੜ ਜਾਣਗੇ ਇਹ ਰਾਊਂਡ ਤੋਂ ਬਾਅਦ ਬਸ ਇਕੱਲੇ ਮੇਨ ਮੇਨ ਰਹਿ ਜਾਣਗੇ ਗਿਣਵੇਂ ਚੁਣਵੇਂ ਟੂਰਨਾਮੈਂਟ ਦੀ ਹੋ ਗਈ ਸਮਾਪਤੀ ਅਤੇ ਇਹ ਪਹਿਲਾ ਟੂਰਨਾਮੈਂਟ ਸੀਗਾ ਅਤੇ ਬਾਕੀ ਤੁਹਾਨੂੰ ਹੈਪੀ ਦੱਸੂਗਾ ਹੈਪੀ ਸੋ ਥੈਂਕ ਯੂ ਫੋਰ ਵਾਚਿੰਗ ਕੀਪ ਸਪੋਰਟਿੰਗ ਸਬਸਕ੍ਰਾਈਬ ਮਾਈ ਚੈਨਲ ਐਂਡ ਸ਼ੇਅਰ ਮੈਕਸੀਮਮ ਟੂ ਮੈਕਸੀਮਮ ਥੈਂਕ ਯੂ ਕੀਪ ਸਪੋਰਟਿੰਗ ਇਹ ਆਪਣਾ ਬਾਈ ਆ ਵੱਡਾ ਬਾਈ ਹੈਪੀ ਦੀ ਗੱਲ ਮੰਨਿਓ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਅਤੇ ਚੱਲ ਮਿਲਦੇ ਜੀ ਅਗਲੇ ਬਲੌਗ ਦੇ ਵਿੱਚ ਹੀ ਰਾਮ ਸਿੱਧੂ ਵੱਲੋਂ ਪਿਆਰ ਸਤਿ ਸ਼੍ਰੀ ਅਕਾਲ ਜੀ